ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲਗਾਤਾਰ ਆਪਣੇ ਹਲਕੇ ਲੰਬੀ ਦੇ ਦੌਰੇ ਤੇ ਹਨ, ਜਿਸ ਦੇ ਚਲਦਿਆਂ ਉਹਨਾਂ ਹਲਕੇ ਦੇ ਪਿੰਡ ਆਦਣੀਆਂ, ਮਹੁਆਣਾ ਤੇ ਮਿੱਡਾ ਦਾ ਦੌਰਾ ਕੀਤਾ। ਇਸ ਦੌਰਾਨ ਪੱਤਰਕਾਰਾਂ ਦੁਆਰਾ ਪੁੱਛੇ ਗਏ ਸਵਾਲ ਕਿ ਅਕਾਲੀ ਵਰਕਰਾਂ ਦੁਆਰਾ ਰੈਲੀ ਕੱਢੀ ਗਈ ਸੀ ਜਿਸ ਦੌਰਾਨ ਵਰਕਰਾਂ ਤੇ ਟਰੈਕਟਰ ਟਰਾਲੀ ਨੂੰ ਲੈ ਕੇ ਪਰਚੇ ਦਰਜ ਕੀਤੇ ਗਏ ਸੀ ਦਾ ਜਵਾਬ ਦਿੰਦਿਆਂ ਬਾਦਲ ਨੇ ਕਿਹਾ ਕਿ ਵੱਡੀਆਂ ਰੈਲੀਆਂ ਤੇ ਤਾਂ ਲੋਕ ਆਪਣੇ ਟਰੈਕਟਰ ਟਰਾਲੀ ਤੇ ਹੀ ਜਾਂਦੇ ਹਨ। ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਕਾਂਗਰਸ ਸਰਕਾਰ ਵਿੱਚ ਸੁਣਿਆ ਕਿ ਰੈਲੀ ਦੌਰਾਨ ਵਰਕਰਾਂ ਤੇ ਪਰਚੇ ਦਰਜ ਕੀਤੇ ਗਏ ਹੋਣ। ਇਲੈਕਸ਼ਨ ਤਾਂ ਇਸ ਤਰ੍ਹਾਂ ਦੇ ਹੁੰਦੇ ਆ, ਵੱਡੀਆਂ ਰੈਲੀਆਂ ਹੁੰਦੀਆਂ, ਉੱਥੇ ਲੋਕ ਆਪਣੀਆਂ ਟਰੈਕਟਰ ਟਰਾਲੀਆਂ 'ਤੇ ਜਾਂਦੇ ਆ ਅਤੇ ਉਹ ਤਾਂ ਰੁਕਾਵਟ ਅੱਗੇ ਤਾਂ ਕਿਤੇ ਸੁਣਿਆ ਨਹੀਂ ਵੀ ਕੋਈ ਪਰਚਾ ਹੋਵੇ ਵੀ ਕਿਉਂ ਗਏ। ਰੈਲੀਆਂ ਤਾਂ ਇਲੈਕਸ਼ਨ ਜੋ ਦੇਖੋ ਕਿੰਨੀਆਂ ਮੋਦੀ ਸਾਹਿਬ ਦੀਆਂ ਹੁੰਦੀਆਂ, ਦੂਜਿਆਂ ਦੀਆਂ ਹੁੰਦੀਆਂ, ਲੱਖਾਂ ਲੋਕ ਆਉਂਦੇ ਆ ਅਤੇ ਉਹ ਸਵਾਰੀਆਂ 'ਤੇ ਹੀ ਆਉਂਦੇ ਨੇ ਅਤੇ ਟਰਾਲੀ ਤਾਂ ਲੋਕਾਂ ਦੀ ਪ੍ਰਾਈਵੇਟ ਸਵਾਰੀ ਹੈ, ਉਹ ਤਾਂ ਯੂਜ਼ ਕਰ ਸਕਦੇ। ਕੀ ਲੱਗਦਾ ਨਹੀਂ ਵੀ ਇੱਕ ਸਰਕਾਰ ਦੀ ਇੱਕ ਰੰਜਿਸ਼ਬਾਜ਼ੀ ਨਹੀਂ ਲੱਗਦਾ ਹੈ? ਹੁਣ ਦੇਖੋ ਹੈ ਤਾਂ ਇਹ ਇਲੈਕਸ਼ਨ ਕਮਿਸ਼ਨ ਦਾ ਇੱਕ ਜ਼ਿਲ੍ਹਿਆਂ ਬਾਗ ਦੇ ਵਿੱਚ ਉਪ ਰਾਸ਼ਟਰਪਤੀ ਪਹੁੰਚੇ ਸੀਗੇ ਪਰ ਉੱਥੇ ਕੈਪਟਨ ਦੀ ਮੌਜੂਦਗੀ ਨਾ ਹੋਣ ਕਰਕੇ ਨਹੀਂ, ਉਹਨਾਂ ਨੇ ਤਾਂ ਰਾਸ਼ਟਰਪਤੀ ਨੇ ਤਾਂ ਕਿਉਂ ਮੌਜੂਦ ਹੋਣਾ, ਇਹ ਚੀਫ ਮਿਨਿਸਟਰ ਸਟੇਟ ਦਾ ਜਿਹੜਾ ਉਹਦੀ ਤਾਂ ਡਿਊਟੀ ਹੈ ਨਾ, ਉਹ ਜਿਹੇ ਫੰਕਸ਼ਨ 'ਤੇ ਜ਼ਰੂਰ ਜਾਂਦੇ। ਜਿਹੜੇ ਇੰਨੇ ਸ਼ਹੀਦ ਹੋਏ ਹੈ ਜੇ ਉਹਨਾਂ ਦਾ ਸਮਾਗਮ ਹੈ ਤਾਂ ਚੀਫ ਮਿਨਿਸਟਰ ਨੂੰ ਤਾਂ ਜ਼ਰੂਰ ਜਾਣਾ ਚਾਹੀਦਾ। ਇਸ ਕਰਕੇ ਮਾਨੀ ਕਰਕੇ